ਗਈਆਂ ਅੱਜ ਚਾਟੀਆਂ ਮਧਾਣੀਆਂ, ਮੇਮਾਂ ਬਣ ਗਈਆਂ ਚੁੱਲ੍ਹੇ ਚੌਂਕੇ ਦੀਆਂ ਰਾਣੀਆਂ। ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਸਾਂਝਾ ਰੇਡੀਓ 90.8 FM ਤੇ, ਜਿੱਥੇ ਮੈਂ ਅਰਜ ਗੁਰਪ੍ਰੀਤ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ ਜੀ ਤੁਹਾਡੇ ਲਈ ਇਹ ਪ੍ਰੋਗਰਾਮ ਲੈ ਕੇ, ਜਿਹਦਾ ਨਾਂ ਹੈ ਵਿਰਾਸਤ ਏ ਪੰਜਾਬ। ਤੇ ਜੀ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵਿਰਾਸਤ ਏ ਪੰਜਾਬ ਦੇ ਵਿੱਚ ਮੈਂ ਤੁਹਾਡੇ ਨਾਲ ਗੱਲਬਾਤ ਕਰਦੀ ਹਾਂ ਅਲੋਪ ਹੋ ਰਹੇ ਵਿਰਸੇ ਦੀ, ਪੰਜਾਬ ਦੀ ਸੰਸਕ੍ਰਿਤੀ ਦੀ, ਸੱਭਿਆਚਾਰ ਦੀ, ਕਿਉਂਕਿ ਬੜੇ ਸਾਰੇ ਐਪੀਸੋਡ ਮੈਂ ਤੁਹਾਡੇ ਲਈ ਲੈ ਕੇ ਆ ਚੁੱਕੀ ਹਾਂ, ਬਹੁਤ ਸਾਰੇ ਅਲੱਗ ਅਲੱਗ ਤਰ੍ਹਾਂ ਦੇ ਅਲੋਪ ਹੋ ਰਹੇ ਵਿਰਸਿਆਂ ਤੇ ਤੁਹਾਡੇ ਨਾਲ ਗੱਲਬਾਤ ਵੀ ਕਰ ਚੁੱਕੀ ਹਾਂ। ਤੇ ਜੀ, ਹੁਣ ਇੱਥੇ ਹੁਣ ਅੱਜ ਜਿਹੜਾ ਮੈਂ ਵਿਰਸਾ ਲੈ ਕੇ ਆਈ ਹਾਂ ਉਹ ਹੈ ਜੀ ਕੱਚਾ ਘੜਾ। ਜੀ ਹਾਂ, ਜੇਕਰ ਅਸੀਂ ਗੱਲ ਕਰੀਏ ਕੱਚੇ ਘੜੇ ਦੀ ਤਾਂ ਗਰਮੀਆਂ ਦੇ ਵਿੱਚ ਕੱਚਾ ਘੜਾ ਹਰ ਕਿਸੇ ਨੂੰ ਯਾਦ ਆਉਂਦਾ ਹੈ ਜਿਨ੍ਹਾਂ ਨੇ ਕੱਚੇ ਘੜੇ ਦਾ ਪਾਣੀ ਪੀਤਾ ਹੈ। ਪੁਰਾਣੇ ਜ਼ਮਾਨੇ ਦੇ ਵਿੱਚ ਪੰਜਾਬੀ ਵਿਰਸੇ ਦੇ ਵਿੱਚ ਕੱਚੇ ਘੜੇ ਦਾ ਬਹੁਤ ਮਾਣ ਹੈ। ਜੇਕਰ ਕੋਈ ਸਵਾਣੀ ਮਧਾਣੀ ਵੀ ਰੋਂਦੀ ਸੀ ਤਾਂ ਉਹ ਵੀ ਚਾਟੀ ਦੇ ਵਿੱਚ ਦੁੱਧ ਰਿੜਕਦੀ ਸੀ, ਜਾਂ ਫਿਰ ਜਿਹੜਾ ਪਾਣੀ ਸੀ ਉਹ ਵੀ ਕੱਚੇ ਘੜੇ ਦੇ ਵਿੱਚ ਰੱਖਿਆ ਜਾਂਦਾ ਸੀ, ਕਿਉਂਕਿ ਉਸ ਟਾਈਮ ਵਿੱਚ ਪਾਣੀ ਠੰਡਾ ਕਰਨ ਵਾਲਾ ਕੋਈ ਵੀ ਐਸਾ ਟੈਕਨੋਲੋਜੀ ਨਹੀਂ ਸੀ ਜਿਹੜੀ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਾਨੂੰ ਫੈਸਿਲਿਟੀ ਜਿਹੜੀ ਹੈ ਉਹ ਪ੍ਰੋਵਾਈਡ ਹੋ ਰਹੀ ਹੈ। ਉਸ ਸਮੇਂ ਦੇ ਵਿੱਚ ਨਹੀਂ ਸੀ ਤਾਂ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਸਨ, ਆਪਣੇ ਕਾਲਜੇ ਨੂੰ ਠੰਡਕ ਪਾਉਣ ਵਾਸਤੇ ਠੰਡਾ ਪਾਣੀ ਹਰ ਕੋਈ ਲੱਭਦਾ ਸੀ, ਤੇ ਉਹ ਕੱਚਾ ਘੜਾ ਵੀ ਜਦੋਂ ਗਿੱਲਾ ਕਰਕੇ ਉਹਦੇ ਵਿੱਚ ਰੱਖਿਆ ਜਾਂਦਾ ਸੀ, ਕੱਚੇ ਘੜੇ ਨੂੰ ਉਹਦੇ ਵਿੱਚ ਪਾਣੀ ਰੱਖਿਆ ਜਾਂਦਾ ਸੀ, ਜੇਕਰ ਉਹ ਕੱਚੇ ਘੜੇ ਦੇ ਉੱਪਰ ਕੋਈ ਕੱਪੜਾ ਗਿੱਲਾ ਕਰਕੇ ਰੱਖ ਦਿੱਤਾ ਜਾਵੇ ਤਾਂ ਉਹ ਪਾਣੀ ਫਰਿੱਜ ਨਾਲੋਂ ਵੀ ਠੰਡਾ ਹੋ ਜਾਂਦਾ ਸੀ। ਤੇ ਉਹ ਸਮੇਂ ਦੀਆਂ ਜਿਹੜੀਆਂ ਤਕਨੀਕਾਂ ਸਨ, ਉਹ ਸਮੇਂ ਦੀਆਂ ਜਿਹੜੀਆਂ ਅਸੀਂ ਅੱਜ ਕੱਲ੍ਹ ਸਕੀਮਾਂ ਲਾਉਂਦੇ ਹਾਂ, ਉਹ ਸਮੇਂ ਦੀਆਂ ਸੀ ਜਿਹੜੀਆਂ ਉਹ ਬੜੀਆਂ ਹੀ ਅਦਭੁਤ ਸਨ। ਉਹਨਾਂ ਦਾ ਇੱਕ ਅਲੱਗ ਵੱਖਰਾ ਨਜ਼ਾਰਾ ਵੀ ਸੀ ਤੇ ਸਮਝ ਵੀ ਆਉਂਦੀ ਸੀ ਕਿ ਹਾਂ ਕੋਈ ਤਕਨੀਕ ਹੈ। ਤਾਂ ਜੇਕਰ ਅਸੀਂ ਅੱਜ ਕੱਲ੍ਹ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਹੁਣ ਫਰਿੱਜ ਆ ਚੁੱਕਿਆ ਹੈ, ਕੱਚੇ ਘੜੇ ਦਾ ਪਾਣੀ ਪੀਣਾ ਬਹੁਤ ਵਧੀਆ ਹੁੰਦਾ ਹੈ। ਅੱਜ ਕੱਲ੍ਹ ਜਿਹੜੇ ਕਈ ਡਾਕਟਰ ਹਨ ਕਈ ਤਰ੍ਹਾਂ ਦੀ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ ਇਹ ਕਹਿੰਦੇ ਨੇ ਕਿ ਤੁਸੀਂ ਕੱਚੇ ਘੜੇ ਦਾ ਪਾਣੀ ਪੀਣਾ ਸ਼ੁਰੂ ਕਰੋ, ਯਾਨੀ ਕਿ ਬਹੁਤ ਸਾਰੀਆਂ ਬਿਮਾਰੀਆਂ ਕੱਚਾ ਘੜਾ ਉਸਦਾ ਪਾਣੀ ਦੂਰ ਕਰਦਾ ਸੀ। ਪਰ ਅੱਜ ਕੱਲ੍ਹ ਜਿਵੇਂ ਦੇ ਅਸੀਂ ਫਰਿੱਜ ਦੇ ਪਾਣੀ ਦੀ ਵਰਤੋਂ ਕਰਦੇ ਹਾਂ ਉਹ ਸਾਡੇ ਲਈ ਬਹੁਤ ਹੀ ਨੁਕਸਾਨਦਾਇਕ ਹੈ, ਉਹ ਸਾਡੇ ਲਈ ਵਧੀਆ ਨਹੀਂ ਹੈ। ਅਸੀਂ ਵੈਸੇ ਅਜਮਾ ਕੇ ਵੀ ਵੇਖ ਸਕਦੇ ਹਾਂ, ਜਦੋਂ ਅਸੀਂ ਇੱਕਦਮ ਪੂਰਾ ਠੰਡਾ ਪਾਣੀ ਫਰਿੱਜ ਦਾ ਪੀਂਦੇ ਹਾਂ ਨਾ ਤਾਂ ਸਾਡੇ ਜਿਹੜਾ ਮੂੰਹ ਹੈ ਉਹ ਪੱਕ ਜਾਂਦਾ ਹੈ, ਉਹਦੇ ਵਿੱਚ ਛਾਲੇ ਹੋ ਜਾਂਦੇ ਨੇ। ਮੈਂ ਕਿੰਨੀ ਵਾਰੀ ਅਜਮਾਇਆ ਹੈ ਇਹ ਗੱਲ, ਕਿੰਨੀ ਵਾਰੀ ਮੈਂ ਅਜਮਾਈ ਹੋਈ ਹੈ ਇਹ ਗੱਲ ਕਿ ਹਮੇਸ਼ਾ ਫਰਿੱਜ ਦਾ ਜਿਹੜਾ ਪਾਣੀ ਹੈ ਉਹ ਨੁਕਸਾਨ ਦਿੰਦਾ ਹੈ, ਕਿਉਂਕਿ ਉਸਦੀ ਤਸੀਰ ਜਿਹੜੀ ਹੈ ਉਹ ਗਰਮ ਹੁੰਦੀ ਹੈ, ਪਰ ਕੱਚੇ ਘੜੇ ਦਾ ਪਾਣੀ ਠੰਡਾ ਹੋ ਕੇ ਵੀ ਠੰਡ ਹੀ ਦਿੰਦਾ ਹੈ। ਤੇ ਲੋ ਜੀ, ਜੇਕਰ ਤੁਸੀਂ ਮੇਰੀ ਇਸ ਗੱਲ ਨਾਲ ਸਹਿਮਤ ਹੋ ਤੇ ਤੁਹਾਨੂੰ ਲੱਗਦਾ ਹੈ ਕਿ ਕੱਚੇ ਘੜੇ ਦਾ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਹੈ, ਉਹ ਸਾਡੀ ਸਿਹਤ ਲਈ ਵਧੀਆ ਹੈ, ਤਾਂ ਤੁਸੀਂ ਕਰ ਸਕਦੇ ਹੋ ਜੀ। ਤੇ ਲੋ ਜੀ, ਇੱਥੇ ਹੁਣ ਵੇਲਾ ਆ ਚੁੱਕਿਆ ਹੈ ਮੇਰਾ ਪ੍ਰੋਗਰਾਮ ਤੋਂ ਇਜਾਜ਼ਤ ਲੈਣ ਦਾ, ਤੇ ਦਵੋ ਮੈਨੂੰ ਇਜਾਜ਼ਤ। ਤੁਸੀਂ ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਕਰਨਾ ਨਾ ਭੁੱਲਿਓ ਯੈਸ ਟੀਵੀ ਨੂੰ, ਤੇ ਨਾਲ ਹੀ ਨਾਲ ਸਾਂਝਾ ਰੇਡੀਓ ਨੂੰ ਸੁਣਨਾ ਵੀ ਨਾ ਭੁੱਲਿਓ। ਤੇ ਲੋ ਜੀ, ਆਪਣਾ ਰੱਖਿਓ ਖਿਆਲ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜਿਉਂਦੇ ਵਾਸਤੇ ਰਹੋ, ਰੱਬ ਰਾਖਾ।